ਇਹਦੇ ਵਿੱਚ ਪੁੱਛਗਿੱਛ ਤੇ ਮੈਡੀਕਲ ਸਟੋਰ ਤੇ ਆਇਆ ਵੀ ਇਹ ਬੰਦੇ ਪਹਿਲਾਂ ਵੀ ਇਹਨਾਂ ਕੋਲੋਂ ਨਸ਼ੀਲੀਆਂ ਗੋਲੀਆਂ ਲੈਣ ਆਉਂਦੇ ਸੀ ਟਰਾਮਾਡੋਲ ਇਹਨਾਂ ਦੀ ਪੁੱਛਗਿੱਛ ਚ ਆਇਆ। ਇਹ ਕਿੱਪਾ ਇਹਦਾ ਨਾਮ ਵੱਜਦਾ ਇਹਨਾਂ ਵਿੱਚੋਂ ਕੁਲਦੀਪ ਕਿੱਪਾ ਸੰਦੀਪ ਵਨੀਤ ਹੈਗਾ ਇਹ ਤਿੰਨ ਬੰਦੇ ਜਿਹੜੇ ਆ ਅਰੈਸਟ ਹੋ ਚੁੱਕੇ ਆ। ਇਹ ਪਿਸਟਲ ਹਾਲੇ ਤੱਕ ਕੋਈ ਇਹੋ ਜਿਹਾ ਬਰਾਮਦ ਨਹੀਂ ਹੋਇਆ। ਜਿਹੜਾ ਪਿਸਟਲ ਉਹਨਾਂ ਵੱਲੋਂ ਮੈਡੀਕਲ ਸਟੋਰ ਦੇ ਮਲਕੀਤ ਵੱਲੋਂ ਸੀ ਉਹ ਵੈਪਨ ਸਾਨੂੰ ਮਿਲ ਗਿਆ ਅਤੇ ਜਿਹੜੇ ਜਿੰਦਾ ਰੌਣ ਸੀ ਪੰਜ ਉਹ ਵੀ ਰਿਕਵਰ ਕਰ ਗਏ। ਦੇਖੋ ਢਿਲਮਾਂ ਦੇ ਵਿੱਚ ਜਿਹੜੇ ਬੰਦਿਆਂ ਦਾ ਉਹ ਸੀ ਉਹ ਮੈਡੀਕਲ ਸਟੋਰ ਸੀ ਉਹ ਉਹਦੇ ਵਿੱਚ ਅਕਸਰ ਕੋਈ ਦਵਾਈ ਲੈਣ ਜਾਂ ਕੋਈ ਵੀ ਬੰਦਾ ਆਉਂਦਾ ਸੀ ਅਤੇ ਜਦੋਂ ਇਹ ਅਸੀਂ ਜਿਹੜਾ ਪਰਚਾ ਦਰਜ ਹੋਇਆ 15/1/23 ਨੂੰ 382-334 ਫਾਰਮ ਐਕਟ ਦਾ ਇਹਦੇ ਵਿੱਚ ਪੁੱਛਗਿੱਛ ਤੇ ਮੈਡੀਕਲ ਸਟੋਰ ਤੇ ਆਇਆ ਵੀ ਇਹ ਬੰਦੇ ਪਹਿਲਾਂ ਵੀ ਇਹਨਾਂ ਕੋਲੋਂ ਨਸ਼ੀਲੀਆਂ ਗੋਲੀਆਂ ਲੈਣ ਆਉਂਦੇ ਸੀ ਟਰਾਮਾਡੋਲ ਇਹਨਾਂ ਦੀ ਪੁੱਛਗਿੱਛ 'ਚ ਆਇਆ ਅਤੇ ਅਸੀਂ ਜਿਹੜੇ ਬੰਦੇ ਇਹ ਕੁਲਦੀਪ ਸੀ ਅਕਸਰ ਜਿਹੜਾ ਇਹ ਆਉਂਦਾ ਜਾਂਦਾ ਸੀ ਇਸ ਦੁਕਾਨ 'ਤੇ ਅਤੇ ਇਹ ਕਿੱਪਾ ਇਹਦਾ ਨਾਮ ਵੱਜਦਾ ਇਹਨਾਂ ਵਿੱਚੋਂ ਕੁਲਦੀਪ ਕਿੱਪਾ ਸੰਦੀਪ ਵਨੀਤ ਹੈਗਾ ਇਹ ਤਿੰਨ ਬੰਦੇ ਜਿਹੜੇ ਆ ਅਰੈਸਟ ਹੋ ਚੁੱਕੇ ਆ ਜਿਹੜੇ ਕਿ ਅਸੀਂ ਇਹਦੇ ਵਿੱਚ ਹੋਰ ਇਸ ਚੀਜ਼ ਨੂੰ ਸਾਨੂੰ SSP ਸਾਹਿਬ ਨੇ ਸਪੈਸ਼ਲੀ ਇਹ ਜਿਹੜਾ ਇਹਦਾ ਉਹ ਸਟੋਰ ਸੀ ਮੈਡੀਕਲ ਸਟੋਰ ਇਹਦੇ ਭਰਾ ਦੇ ਨਾਂ 'ਤੇ ਸੀ ਅਤੇ ਉਹ ਵੀ ਅਸੀਂ ਇਹਦਾ ਲਾਇਸੈਂਸ ਕੈਂਸਲ ਕਰਾ ਰਹੇ ਹਾਂ। ਜਿਹੜਾ ਵੈਪਨ ਸੀ ਇਹਦੇ ਫਾਦਰ ਦੇ ਨਾਂ 'ਤੇ ਸੀ ਅਤੇ ਉਹ ਵੀ ਜਿਹੜਾ ਆ ਇਹ ਚੀਜ਼ ਨੂੰ ਅਸੀਂ ਇਹ ਜਿਹੜਾ ਇਹਦਾ ਵੈਪਨ ਵੀ ਕੈਂਸਲ ਕਰਾ ਰਹੇ ਹਾਂ। ਨਹੀਂ ਉਹ ਪੁੱਛਗਿੱਛ 'ਚ ਦੇਖਦੇ ਆ ਪਰ ਏਅਰ ਪਿਸਟਲ ਹਾਲੇ ਤੱਕ ਕੋਈ ਇਹੋ ਜਿਹਾ ਬਰਾਮਦ ਨਹੀਂ ਹੋਇਆ। ਜਿਹੜਾ ਪਿਸਟਲ ਉਹਨਾਂ ਵੱਲੋਂ ਮੈਡੀਕਲ ਸਟੋਰ ਦੇ ਮਲਕੀਤ ਵੱਲੋਂ ਸੀ ਉਹ ਵੈਪਨ ਸਾਨੂੰ ਮਿਲ ਗਿਆ ਅਤੇ ਜਿਹੜੇ ਜਿੰਦਾ ਰੌਣ ਸੀ ਪੰਜ ਉਹ ਵੀ ਰਿਕਵਰ ਕਰ ਗਏ ਅਤੇ ਜਿਹੜੀ ਗੱਲ ਕੈਸ਼ ਦੀ ਆ ਰਹੀ ਸੀ ਵੀ ਉਹਦੇ ਵਿੱਚ ਮੇਰਾ ਜਿਹੜਾ ਕੈਸ਼ ਸੀ ਇੰਨਾ ਸੀ ਉਹ ਸਿਰਫ ਆਪਣਾ 4,4500 ਰੁਪਇਆ ਹੀ ਸੀ ਜਿਹੜਾ ਉਹਨਾਂ ਨੇ ਲੋਡ ਦੇ ਵਿੱਚ ਕੀਤਾ ਸੀ। 3,000 ਦੇ ਕਰੀਬ ਜਿਹੜਾ ਅਸੀਂ ਉਹਦੇ ਜਿਹੜੇ ਪੈਸੇ ਆ ਉਹ ਬਰਾਮਦ ਕਰ ਲਏ। ਦੇਖੋ ਬੈਕਗਰਾਉਂਡ ਪੁੱਛ ਕਿਸ 'ਚ ਆਊਗਾ ਪਹਿਲਾਂ ਵੀ ਇਹਨਾਂ ਦਾ ਦੱਸਦੇ ਆ ਕਿ ਬੈਕਗਰਾਉਂਡ ਜਿਹੜਾ ਹੈਗਾ ਇਹ ਮਾੜਾ ਹੈ।